प्यारे दर्शकों, अज असी गलबात कर रहे हैं प्रोफेसर नरेंद्र सिंह कपूर जी ना। नरेंद्र सिंह कपूर जी वैसे तो किसी जान पछाण के मथाज नहीं, देश विदेश उन्होंने पाठक वड्डी पद्धर ते पढ़ते ने। बहुत सारे विद्यार्थी पंजाबी यूनिवर्सिटी पटियाला दे पंजाबी विभाग चों पत्रकारी विभाग चों उन्हां तों पढ़ के गए ने। उन्हां दीआं किताबां नूं लगातार पढ़ते ने। इन्हां दिनां दे विच उन्हां दी एक सवै जीवनी किताब आई हैगी आ धुप्पां छावां छावां धुप्पां धुप्पां छावां। ये जिंदगी दे दो पक्ष ने दुख ते सुख दे। उस नूं उन्हां ने अपनी किताब दे विच पूरी तरह बयान किया हैगा। कुछ गल्लां उस दे हवाले नाल करांगे, कुछ गल्लां उन्हां दे जीवन नाल संबंधित करांगे, कुछ गल्लां जिहड़ियां उन्हां दे जीवन दे जिहड़े निचोड़ ने जिवें भाषा दे बारे, साहित दे बारे, सभ्याचार दे बारे, ब्याह संस्था दे बारे, उन्हां बारे भी गलबात करांगे। पर जिहड़ा पहला सैगमेंट आ उहदे विच गल आ जिहड़ी उह धुप्पां छावां तों शुरू करांगे। ते धुप्पां छावां तों भी जित्थों मैं गल शुरू करनी चाहुंदा कि कपूर साहब, तुसीं अपनी जिहड़ी सवै जीवनी जदों लिखी तां उहदे विच जिहड़ा देश वंडदा, जिहड़ा संताप भोगना पिया कि जिहनूं आजादी दे नां ते बहुत लोग जशन मनाउंदे आ, पर परिवार दे लई इक दुखां दा सबब बणिया, तां उस मूवमेंट नूं, क्योंकि उस समय तुसीं बहुत छोटे सी, पर तुहानूं किन्नी क याद आ उस घटना दी? ते उदों बाद जिहड़े फिर दुख शुरू होए, उह कल्ले तुहाडे दुख नहीं, सारे पंजाबियां दे जां सारे हिजरत करके आए लोकां दे दुख ने, उहनां नूं किवें महसूसिया तुसीं? असल विच जिहड़ी देश वंड दी घटना सी उह तकरीबन 20 साल साडे जीवन उत्ते असर अंदाज होए। ਜਦੋਂ ਮੈਂ ਛੋਟਾ ਸੀ ਅਸੀਂ ਪਾਕਿਸਤਾਨ ਤੋਂ ਆਏ ਕੈਂਪਾਂ ਦੇ ਵਿੱਚ, ਮੈਨੂੰ ਕੈਂਪਾਂ ਦਾ ਪਤਾ ਵੀ ਅਸੀਂ ਕੈਂਪਾਂ ਦੇ ਵਿੱਚ ਸੀਗੇ, ਮੈਨੂੰ ਧੁੰਦਲੀ ਜੀ ਯਾਦ ਹੈ। ਇੱਕ ਪਟਿਆਲੇ ਕੈਂਪ ਦੇ ਵਿੱਚ ਰਹੇ, ਉਹਦਾ ਮੈਨੂੰ ਯਾਦ ਆ, ਬੂਹਾ ਨਹੀਂ ਸੀ ਹੁੰਦਾ, ਬੋਰੀ ਲਟਕੀ ਹੁੰਦੀ ਸੀ, ਉਸ ਬੋਰੀ ਦੇ ਪਰੇ ਹਟਾਉਣ ਨਾਲ ਅੰਦਰ ਜਾਂਦੇ ਸੀ, ਉੱਥੋਂ ਬਾਹਰ ਆਉਂਦੇ ਸੀ ਜਾਂ ਗੁਰਦੁਆਰੇ ਚਲੇ ਜਾਂਦੇ ਸੀ। ਇਹਨੂੰ ਮੁਸ਼ਕਲਾਂ ਵਾਲਾ ਸਮਾਂ ਕਹਾਂਗਾ ਮੈਂ, ਸੰਕਟਾਂ ਵਾਲਾ ਨਹੀਂ, ਮੁਸ਼ਕਲਾਂ ਵਾਲਾ ਸਮਾਂ ਸੀ ਇਹ। ਅਤੇ ਇਹਦੇ ਵਿੱਚ ਬਹੁਤ ਕੁਛ ਵਾਪਰਿਆ। ਅਸਲ 'ਚ ਜਿਹੜੇ ਲੋਕ ਇਸ ਕਿਸਮ ਦੇ ਦੌਰ ਵਿੱਚੋਂ ਲੰਘੇ ਹਨ ਨਾ, ਪਾਕਿਸਤਾਨ ਦੇ ਜਾਂ ਹਿੰਦੁਸਤਾਨ ਦੇ, ਉਹ ਅਜੇ ਤੱਕ ਵੀ ਸਾਹਿਤ ਦੇ ਵਿੱਚ ਇਹਨਾਂ ਹਵਾਲਿਆਂ ਨਾਲ ਹੀ ਗੱਲ ਕਰਦੇ ਹਨ, ਕਿਉਂਕਿ ਇਹ ਇੱਕ ਇੰਨਾ ਵੱਡਾ ਹਾਦਸਾ ਸੀ ਜਿਸ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਸੀ ਨਾ ਬੜੀ ਨੇੜਿਓਂ ਪ੍ਰਭਾਵਿਤ ਹੋਇਆ ਸੀ, ਅਤੇ ਹਰ ਬੰਦੇ ਦਾ ਜੀਵਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀ। ਮਿਸਾਲ ਦੇ ਤੌਰ 'ਤੇ ਬਾਅਦ ਵਿੱਚ ਜਦੋਂ ਮਾਪੇ ਆਪਸ ਵਿੱਚ ਗੱਲਾਂ ਕਰਦੇ ਸੀ ਜਾਂ ਕੋਈ ਰਿਸ਼ਤੇਦਾਰ ਜਾਂ ਮਾਸੀ ਭੂਆ ਆ ਜਾਂਦੀ ਸੀ, ਤਾਂ ਉਹ ਜਦੋਂ ਪੁਰਾਣੀਆਂ ਗੱਲਾਂ ਕਰਦੇ ਸੀ ਤਾਂ ਉਸ ਵੇਲੇ ਪਤਾ ਲੱਗਦਾ ਸੀ ਵੀ ਇਹ ਕਿਸ ਕਿਸਮ ਦਾ ਜ਼ਿੰਦਗੀ ਉੱਥੇ ਜਿਉਂਦੇ ਸੀ। ਉਹ ਗੱਲਾਂ ਜਿਹੜੀਆਂ ਸੀ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਅੱਛਾ, ਆਪਣੇ ਪਾਕਿਸਤਾਨ ਦੇ ਵਿੱਚ ਪਿਛਲਾ ਪਿੰਡ ਕਿਹੜਾ ਸੀ ਜਾਂ ਸ਼ਹਿਰ ਕਿਹੜਾ ਸੀ, ਕਿੱਥੇ ਰਹਿੰਦੇ ਸੀ ਜੀ, ਉੱਥੇ ਮਾਪੇ ਕੀ ਕੰਮ ਕਰਦੇ ਸੀ ਜੀ? ਰਾਵਲਪਿੰਡੀ ਜ਼ਿਲ੍ਹੇ ਵਿੱਚ ਸੀ, ਅਤੇ ਆਦੀ ਪਿੰਡ ਦਾ ਨਾਂ ਸੀ। ਰਾਵਲਪਿੰਡੀ ਜਿਹੜਾ ਇਹ ਕਸ਼ਮੀਰ ਦੇ ਇਲਾਕੇ ਦੇ ਨਾਲ ਲੱਗਦਾ ਹੈਗਾ। ਮੇਰੀ ਮਾਂ ਜਿਹੜੀ ਸੀ ਉਹ ਦੇਵੀ ਪਿੰਡ ਸੀ, ਉੱਥੋਂ ਦੀ ਸੀ। ਕਰਤਾਰ ਸਿੰਘ ਦੁੱਗਲ, ਪ੍ਰੋਫੈਸਰ ਮੋਹਨ ਸਿੰਘ ਦੀਵਾਨਾ, ਇਹ ਜਿਹੜੇ ਸੀ ਇਹ ਉਸ ਇਲਾਕੇ ਦੇ ਸੀਗੇ। ਅਤੇ ਜਿਹੜਾ ਮੋਹਨ ਸਿੰਘ ਦੀਵਾਨਾ ਸੀ ਉਹ ਮੇਰੀ ਭੂਆ ਦਾ ਜੇਠ ਸੀ। ਅੱਛਾ ਜੀ। ਮੇਰੀ ਭੂਆ ਦਾ ਜੇਠ ਸੀ। ਅਤੇ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਸੀ ਜਾਂ ਕਰਤਾਰ ਸਿੰਘ ਦੁੱਗਲ ਸੀ, ਇਹ ਉਸ ਪਿੰਡ ਦੇ ਰਹਿਣ ਵਾਲੇ ਸੀ ਜਿਸ ਨੂੰ ਪੋਠੋਹਾਰੀ ਇਲਾਕਾ ਕਹਿੰਦੇ ਹੈਗੇ ਆ, ਉਹ ਇਲਾਕਾ ਸੀ ਇਹ। ਇਹ ਬੜਾ ਉਂਝ ਖੁਸ਼ਹਾਲ ਇਲਾਕਾ ਸੀ, ਖੇਤੀ ਦੇ ਪੱਖ ਤੋਂ, ਜੀਵਨ ਦੇ ਪੱਖ ਤੋਂ, ਸੁਹੱਪਣ ਦੇ ਪੱਖ ਤੋਂ, ਖਾਣ ਪੀਣ ਦੇ ਪੱਖ ਤੋਂ, ਪਹਿਨਣ ਦੇ ਪੱਖ ਤੋਂ ਇਹ ਬੜਾ ਖੁਸ਼ਹਾਲ ਇਲਾਕਾ ਸੀ। ਅਤੇ ਉਸ ਇਲਾਕੇ ਤੋਂ ਜਦੋਂ ਅਸੀਂ ਤੁਰੇ ਉਜਾੜਿਆਂ ਦੇ ਬਾਅਦ, ਇਹ ਸੀ ਵੀ ਥੋੜ੍ਹੇ ਦਿਨਾਂ ਬਾਅਦ ਆ ਜਾਵਾਂਗੇ। ਸੋ ਕਿਸੇ ਨੇ ਘਰਾਂ ਨੂੰ ਜਿੰਦਾ ਨਹੀਂ ਸੀ ਮਾਰਿਆ, ਗੁਆਂਢੀਆਂ ਨੇ ਵੀ ਕਿਹਾ ਕਿ ਤੁਸੀਂ ਆ ਜਾਣਾ, ਇਹ ਸਾਰਾ ਕੁਝ ਠੀਕ ਮਿਲੇਗਾ ਤੁਹਾਨੂੰ। ਸੋ ਉਸ ਸਿਚੁਏਸ਼ਨ ਦੇ ਵਿੱਚੋਂ ਜਦੋਂ ਆਉਣਾ ਹੁੰਦਾ ਨਾ, ਅਤੇ ਜੋ ਕੁਝ ਉਹ ਤੋਂ ਬਾਅਦ ਵਾਪਰਿਆ, ਆਮ ਤੌਰ 'ਤੇ ਇਹ ਹੁੰਦਾ ਕਿ ਜਦੋਂ ਕੋਈ ਚੀਜ਼ ਵਾਪਰਦੀ ਹੈ ਜੇ ਉਹਦੀ ਅੱਧੀ ਕੁ ਤਿਆਰੀ ਵੀ ਕੀਤੀ ਹੋਵੇ ਨਾ, ਉਹ ਬਹੁਤੀ ਪੇਨਫੁੱਲ ਨਹੀਂ ਹੁੰਦੀ ਹੈ। ਇਹ ਸਾਰਾ ਕੁਛ ਅਚਾਨਕ ਹੀ ਵਾਪਰਿਆ? ਸਾਰਾ ਕੁਝ ਅਚਾਨਕ ਵਾਪਰਿਆ। ਅਤੇ ਜਦੋਂ ਵੀ ਕੁਝ ਵੀ ਅਚਾਨਕ ਵਾਪਰਦਾ ਨਾ, ਉਹਦੇ ਕਿਉਂਕਿ ਸਾਨੂੰ ਸਿਖਲਾਈ ਨਹੀਂ ਹੁੰਦੀ, ਸਾਨੂੰ ਪਤਾ ਨਹੀਂ ਹੁੰਦਾ, ਅਸੀਂ ਉਸ ਦੀ ਐਂਟੀਸਪੇਸ਼ਨ ਨਹੀਂ ਕਰ ਸਕਦੇ, ਇਸ ਕਰਕੇ ਉਹਦਾ ਨੁਕਸਾਨ ਬਹੁਤ ਹੁੰਦਾ ਹੈਗਾ।
यही हाल हुण करोना वेले होया हैगा। साडी तैयारी नहीं सी, सानू पता नहीं सी इह की बीमारी हैगी है, इह की वापरेगा, की करांगे, किवें कंट्रोल करांगे। जिवें हड़ आ जांदा ना पहली वारी, लोकां नूं पता नहीं हुंदा कि बचाओ किवें करना, उह फिर उहनां दा बहुत ज़्यादा नुकसान हुंदा है। पर बहुत सारे बंदियां दा जी उदों जानी नुकसान भी होया, चलो माल दा नुकसान तां होया कि दुकानां मकान गहना गट्टा रह गया, पर जानी नुकसान भी होया। मैं तुहाडी सवजीवनी पढ़ रहा सीगा ते तुहाडे दादा जी नाल भी हादसा वापरिया जी, ਉਹ ਜਿਹੜਾ ਵਾਪਰਿਆ ਉਹਦਾ ਪਰਿਵਾਰ ਤੇ ਫਿਰ ਬਾਅਦ ਦੇ ਵਿੱਚ ਕਿੱਦਾਂ ਦਾ ਅਸਰ ਹੋਇਆ ਕਿ ਉਸ ਘਟਨਾ ਨੂੰ ਕਿਵੇਂ ਯਾਦ ਕਰਦੇ ਰਹੇ ਕਿ ਵੀ ਇੱਕ ਜੀ ਉਸ ਘਟਨਾ ਦਾ ਵੱਡਾ ਜੀ ਉੱਥੇ ਰਹਿ ਗਿਆ ਮੇਰੇ ਤੱਕ ਅਸਰ ਪਿਆ। ਮੈਂ ਇੱਕ ਲੇਖ ਲਿਖਿਆ ਹੈਗਾ ਲੰਮੇ ਪਰਛਾਵਿਆਂ ਵਾਲਾ ਹਾਦਸਾ, ਮਤਲਬ ਉਸ ਦਾ ਸਭ ਤੋਂ ਜ਼ਿਆਦਾ ਅਸਰ ਖੂਬਸੂਰਤ ਇਹ ਸਿੰਬਲੀ ਹੈ ਜੀ, ਲੰਮੇ ਪਰਛਾਵਿਆਂ ਵਾਲਾ ਹਾਦਸਾ, ਉਸ ਦਾ ਸਭ ਤੋਂ ਜ਼ਿਆਦਾ ਅਸਰ ਤਾਂ ਮੇਰੇ ਪਿਤਾ 'ਤੇ ਹੋਇਆ। ਉਸ ਵੇਲੇ ਚੱਲ ਤਾਂ ਪਿਆ ਸੀ ਉਹਨਾਂ ਨੂੰ ਪਿੱਛੇ ਛੱਡ ਕੇ, ਪਰੰਤੂ ਸਾਡੇ ਕਦਮ ਹੀ ਨਾ ਅੱਗੇ ਜਾਣ, ਅਤੇ ਮੇਰੇ ਪਿਤਾ ਜਿਹੜੇ ਸੀ ਉਹ ਇਸ ਪਛਤਾਵੇ ਵਿੱਚ ਹੀ ਜਿਹੜਾ ਸੀ ਉਹਨਾਂ ਦੀ ਚੂਹ ਲਹੀ ਲੱਗੀ ਜਿਵੇਂ ਕਹਿੰਦੇ ਨੇ, ਉਹਨਾਂ ਦੀ ਮਾਨਸਿਕਤਾ ਜਿਹੜੀ ਸੀਗੀ ਉਹ ਉਖੜ ਗਈ। ਸਾਰੇ ਸਵੈ ਜੀਵਨੀ 'ਚ ਨਾ ਜੀ ਤੁਸੀਂ ਇੱਕ ਗੱਲ ਬਹੁਤ ਕਹੀ ਹੈ ਕਿ ਵੀ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਉਹ ਭਗਤ ਆਦਮੀ, ਜਾਂ ਇਹ ਕਹਿ ਲਓ ਕਿ ਉਸ ਹਾਦਸੇ ਤੋਂ ਬਾਅਦ ਇਹ ਕਿ ਜ਼ਿੰਦਗੀ ਦੇ ਜਿਹੜੇ ਆਮ ਵਰਤਾਰੇ ਆ ਉਹਨਾਂ ਨੂੰ ਉਹਨਾਂ ਨੇ ਹੋਰ ਨਜ਼ਰੀਏ ਤੋਂ ਵੇਖਣਾ ਸ਼ੁਰੂ ਕਰਤਾ ਕਿ ਐਡੀ ਕਿੱਡੀ ਗੱਲ। ਪਰ ਤੁਸੀਂ ਮਾਤਾ ਜੀ ਬਾਰੇ ਆਪਣੇ ਬਾਰੇ ਬਹੁਤ ਲਿਖਿਆ ਕਿ ਉਹ ਧੜਲੇਦਾਰ ਔਰਤ ਸੀ ਜਾਂ ਜਥੇਦਾਰਨੀ ਔਰਤ ਸੀ, ਤਾਂ ਵੀ ਉਹਨਾਂ ਦਾ ਜਿਹੜਾ ਜੀਵਨ ਦਾ ਰੰਗ ਢੰਗ ਸੀਗਾ ਤੁਹਾਡੇ 'ਤੇ ਅਸਰ ਉਹਨਾਂ ਦਾ ਜ਼ਿਆਦਾ ਹੋਇਆ, ਮਾਤਾ ਜੀ ਦਾ ਅਸਰ ਜ਼ਿਆਦਾ ਹੋਇਆ? ਉਹ ਵੈਸੇ ਤਾਂ ਮੇਰੇ ਪਿਤਾ ਦਾ ਜਿਹੜਾ ਪਰਿਵਾਰ ਸੀ ਨਾ ਸਾਰਾ, ਉਹ ਕਮਜ਼ੋਰ ਪਰਿਵਾਰ ਸੀ, ਅਤੇ ਮੇਰੀ ਮਾਤਾ ਵਾਲਾ ਪਰਿਵਾਰ ਜਿਹੜਾ ਸੀ ਉਹ ਮਜ਼ਬੂਤ ਪਰਿਵਾਰ ਸੀ, ਉਹ ਖੁਸ਼ ਮਾਨਸਿਕ ਤੌਰ 'ਤੇ ਜਾਂ ਆਰਥਿਕ ਤੌਰ 'ਤੇ ਗੱਲ ਕਰ? ਆਰਥਿਕ ਤੌਰ 'ਤੇ। ਅੱਛਾ, ਆਰਥਿਕ ਤੌਰ 'ਤੇ। ਅਤੇ ਮੇਰੇ ਮਾਮਾ ਜੀ ਜਿਹੜੇ ਸੀਗੇ ਉਹ 1930-35 ਦੀ ਜਿਹੜੀ ਸੀ ਮੈਟਰੀਕੁਲੇਸ਼ਨ ਸੀਗੀ ਉਹਨਾਂ ਦੀ ਕੀਤੀ ਹੋਈ। ਅੱਛਾ, ਉਸ ਵੇਲੇ ਯਾਨੀ ਬੜਾ ਪੜ੍ਹਿਆ ਲਿਖਿਆ ਪਰਿਵਾਰ ਸੀ। ਉਹਨਾਂ ਦਾ ਕੰਮ ਜਿਹੜਾ ਸੀ ਸ਼ਾਹੂਕਾਰਾ ਸੀ, ਮਤਲਬ ਕਿ ਉਹ ਵਪਾਰ ਦੇ ਨਾਲ ਜੁੜੇ ਹੋਏ ਸੀਗੇ। ਅਤੇ ਇਹ ਹਮੇਸ਼ਾ ਹੁੰਦਾ ਜਦੋਂ ਵੀ ਦੋ ਬੰਦੇ ਹੋਣਗੇ ਨਾ ਕਿਤੇ ਜਾ ਰਹੇ, ਉਹਨਾਂ ਵਿੱਚੋਂ ਜੇਕਰ ਇੱਕ ਢਿੱਲਾ ਹੋਏਗਾ ਤਾਂ ਦੂਜਾ ਤਗੜਾ ਹੋ ਜਾਏਗਾ, ਆਪੇ ਹੀ ਤਗੜਾ ਹੋ ਜਾਏਗਾ, ਇਹ ਸੁਭਾਵਿਕ ਹੁੰਦਾ ਹੁੰਦਾ, ਮਤਲਬ ਕਿ ਪਰਿਵਾਰ ਨਹੀਂ ਚੱਲਦਾ ਹੁੰਦਾ। ਇਸ ਕਰਕੇ ਮੇਰੇ ਪਿਤਾ ਨੇ ਵਾਗਡੋਰ ਨਾ ਸੰਭਾਲੀ ਅਤੇ ਮੇਰੀ ਮਾਂ ਨੇ ਸੰਭਾਲੀ, ਅਤੇ ਮੇਰੀ ਮਾਂ ਜਿਹੜੀ ਸੀਗੀ ਉਹ ਬੜੇ ਉਮਰ ਦੇ ਪੱਖੋਂ ਵੀ, ਰੰਗ ਰੂਪ ਦੇ ਪੱਖੋਂ ਵੀ, ਵਿਹਾਰ ਦੇ ਪੱਖੋਂ ਵੀ, ਸਮਝ ਦੇ ਪੱਖੋਂ ਵੀ ਪੜ੍ਹੀ ਹੋਈ ਸੀ ਉਹ, ਅਤੇ ਉਸ ਨੇ ਇਹ ਸਾਰਾ ਕੁਝ ਕੀਤਾ। ਬੱਚਾ ਜਿਹੜਾ ਨਾ ਉਸ ਉੱਤੇ ਕਿਸੇ ਨਾ ਕਿਸੇ ਦਾ ਪ੍ਰਭਾਵ ਪੈਂਦਾ। ਜੇ ਕਈ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਮਾਪਿਆਂ ਦਾ ਪ੍ਰਭਾਵ ਨਹੀਂ ਪੈਂਦਾ, ਗੁਆਂਢੀਆਂ ਦਾ ਪ੍ਰਭਾਵ ਪੈ ਜਾਂਦਾ, ਕਿਸੇ ਦੀ ਜ਼ਿੰਦਗੀ ਵਿੱਚ ਅਧਿਆਪਕ ਦਾ ਪ੍ਰਭਾਵ ਪੈ ਜਾਂਦਾ, ਪ੍ਰਭਾਵ ਤੋਂ ਬਿਨਾਂ ਨਹੀਂ ਬੰਦਾ ਰਹਿੰਦਾ ਹੁੰਦਾ। ਪਰ ਮੈਨੂੰ ਇੱਕ ਗੱਲ ਲੱਗੀ ਜੀ ਵੀ ਜਿਹੜੇ ਬੰਦੇ ਦੇਸ਼ ਵੰਡ ਦੇ ਬਾਰੇ, ਬਹੁਤ ਸਾਰੇ ਬੰਦੇ ਆ ਜਿਹੜੇ ਉਹ ਨਿੱਜੀ ਦੁੱਖ ਦੇ ਨਾਲ ਨਾਲ ਇੱਕ ਸਿਆਸੀ ਨੇਤਾਵਾਂ ਨੂੰ ਜਾਂ ਗੋਰੇ ਹਾਕਮਾਂ ਨੂੰ ਬਹੁਤ ਗਾਲਾਂ ਕੱਢਦੇ ਹੋ ਕਿ ਸਾਡੇ ਲੀਕ ਮਾਰ ਗਏ, ਜਾਂ ਇਹ ਕਹਿ ਲਓ ਕਿ ਸਾਡੇ ਸਿਆਸੀ ਨੇਤਾਵਾਂ ਨੇ ਉਦੋਂ ਠੀਕ ਫੈਸਲੇ ਨਹੀਂ ਲਏ। ਕੁਝ ਲੋਕ ਮਾਸਟਰ ਤਾਰਾ ਸਿੰਘ ਨੂੰ ਬਲੇਮ ਕਰਦੇ ਆ, ਕੁਝ ਲੋਕ ਨਹਿਰੂ ਨੂੰ ਬਲੇਮ ਕਰਦੇ ਆ, ਕੁਝ ਲੋਕ ਜਿਨਾਹ ਨੂੰ ਬਲੇਮ ਕਰਦੇ, ਪਰ ਤੁਹਾਡੀ ਸਵੈ ਜੀਵਨੀ 'ਚ ਕਿਸੇ ਵਿਅਕਤੀ ਦੇ ਪ੍ਰਤੀ ਵੀ ਕੋਈ ਇਸ ਕਿਸਮ ਦੀ ਕੜੱਤਣ ਜਾਂ ਕੋਈ ਸਿਆਸੀ ਟਿੱਪਣੀ ਨਹੀਂ ਮਿਲੀ, ਇਹਦਾ ਕੀ ਕਾਰਨ ਕਿ ਤੁਸੀਂ ਇਸ ਨੂੰ ਭਾਣਾ ਮੰਨਣ ਵਜੋਂ ਹੀ ਲਿਆ ਕੇ ਹੋ ਗਿਆ ਤਾਂ ਹੋ ਗਿਆ? ਹਾਂ, ਜੇਕਰ ਤੁਸੀਂ ਇਤਿਹਾਸ ਨੂੰ ਪੜ੍ਹੋ ਨਾ ਅਤੇ ਦੁਨੀਆਂ ਦੇ ਇਤਿਹਾਸ ਨੂੰ ਪੜ੍ਹੋ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਰੋਕਣ ਦੇ ਬਾਵਜੂਦ ਵਾਪਰ ਜਾਂਦੀਆਂ, ਕਿਉਂਕਿ ਇਹ ਦੇਸ਼ ਜਿਹੜਾ ਸੀ ਨਾ ਇਹ ਫਿਰਕੂ ਵੰਡ ਸੀ, ਇਹਦੀ ਇਹ ਹੋਣੀ ਓ ਹੋਣੀ ਸੀ, ਇਹ ਹੁਣ ਹੋਰ ਹੋਊਗੀ। ਮਤਲਬ ਹਿੰਦੁਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿੱਚ ਇੱਕ ਵਾਰੀ ਹੋਰ ਟਕਰਾਓ ਹੋਏਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਉਹ ਜਿਹੜਾ ਟਕਰਾਓ ਸੀ ਜਾਂ ਜਿਹੜੀ ਉਹ ਵੰਡ ਸੀ ਉਹ ਵਾਪਰਨੀ ਸੀ, ਅਤੇ ਉਹਨੂੰ ਵਿਰਲਾਪ ਕਰਨ ਦੀ ਬਜਾਏ ਜਿਹੜਾ ਸੀ ਨਾ, ਦੋ ਟੰਗ ਹੁੰਦੇ ਹੈਗੇ ਆ, ਤੁਸੀਂ ਕਿਸੇ ਘਟਨਾ ਦੇ ਬਾਰੇ ਅਫਸੋਸ ਕਰੀ ਜਾਓ, ਦੂਜਾ ਇਹ ਹੈਗਾ ਉਹਦੇ ਵਿੱਚੋਂ ਨਿਕਲਣ ਦਾ ਯਤਨ ਕਰੋ। ਵੈਸੇ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਆਏ ਉਸ ਵੇਲੇ ਕੁਝ ਚੰਗੀਆਂ ਘਟਨਾਵਾਂ ਵੀ ਵਾਪਰੀਆਂ, ਮੈਂ ਇਹ ਮਹਿਸੂਸ ਕਰਦਾ ਕਿ ਚੰਗੀ ਕਿਸਮਤ ਸੀ ਕਿ ਹਿੰਦੁਸਤਾਨ ਨੂੰ ਪਹਿਲਾ ਜਿਹੜਾ ਪ੍ਰਧਾਨ ਮੰਤਰੀ ਮਿਲਿਆ ਉਹ ਜਵਾਹਰ ਲਾਲ ਨਹਿਰੂ ਸੀ। ਜਵਾਹਰ ਲਾਲ ਨਹਿਰੂ ਜਿਹੜਾ ਸੀ ਰੋਸ਼ਨ ਦਿਮਾਗ ਸੀ, ਉਹਦਾ ਵਿਸ਼ਵ ਦੀ ਦ੍ਰਿਸ਼ਟੀ ਸੀ ਉਹਦੇ ਕੋਲ, ਉਹ ਕੇਵਲ ਹਿੰਦੁਸਤਾਨ ਬਾਰੇ ਨਹੀਂ ਸੋਚਦਾ। ਇੰਦਰਾ ਗਾਂਧੀ ਤੋਂ ਇਹ ਗੱਲ ਜਿਹੜੀ ਸੀ ਨਾ ਸ਼ੁਰੂ ਹੋ ਗਈ ਸੀ ਕਿ ਉਹ ਲੀਡਰ ਜਿਹੜੇ ਸੀ ਆਪਣੀ
होंद बनाई रखने वास्ते वह जिहे कानून पास करते नीतियां अपनाते कि उन्हां दी हकूमत बनी रहे। नहरू जिहड़ा सी वह स्टेट्समैन सी, एक स्टेट्समैन हुंदे आ, एक पोलीटिशियन हुंदे आ। स्टेट्समैन जिहड़े अगली पीढ़ी बारे सोचते हैं, जिहड़े पोलीटिशियन हुंदे आ अगली इलैक्शन तक सोचते हैं, उन्हां दा उद्देश जिहड़ा है इलैक्शन जितना हुंदा। इस पक्ष तो मतलब कहण दा इह है कि उस वेले विरलाप करन दी बजाए मैं यह महसूस किया भी जो असी काम करते काम करने वाले बंदे की बिरती होर किस्म की होंगी है, तो अफसोस करने वाले या विरलाप करने वाले बंदे बिल्कुल एक गल मैं होर बड़ी है जी, बहुत सारे लोग फिर पाकिस्तान जाना चाहते हैं, पाकिस्तान घूम के आना चाहते हैं, तो बहुत सारे साढ़े को सफरनामे बलराजसानी तो लैके कहा जा सकता कि विराम सिंह संधु तक के बहुत आ के बरलाप बहुत आ के असी वो धरती वेखण नू तरसदे आ। गाना भी बहुत मशहूर है कि अखियां तरसदियां ननकाणा देखण नू। तुहाडे मन च कदे आया भी पाकिस्तान जाइए जां तुसी पाकिस्तान गए जां वो पिंड इलाका जिथे तुहाडे मां के बजुर्गां दे बजुर्ग रहिंदे रहे वेखण नू जी कीता? मेरे ब्रदर दी इच्छा सी, वह गया भी सी, मेरा ब्रदर जिहड़ा सी पाकिस्तान गया। तुहाडे मन च कदे इस किस्म मेरे मन च हमेशा अपने नालों अपने देश नालों विकसित थावां ते जाण दी इच्छा रही है। मतलब मैनूं मेरे मन च कदे भी ना पाकिस्तान जां बंगलादेश जाण दी इच्छा नहीं पैदा होई है। कहण तों भाव इह हैगा कि मेरे मन च यूरोप जाण दी इच्छा सी। ਸੋ ਇੱਕ ਬੜਾ ਨਿੱਜੀ ਸਵਾਲ ਆ ਜੀ ਵੀ ਉਹ ਨਾ ਇਹ ਕਿ ਵੀ ਜਿਹੜੀ ਕਮਿਊਨਿਟੀ ਇਸ ਇਲਾਕੇ 'ਚੋਂ ਆਈ ਪੋਠੋਹਾਰ ਦੇ ਇਲਾਕੇ 'ਚੋਂ ਆਈ ਤਾਂ ਉਹ ਪਟਿਆਲੇ ਦੇ ਇਲਾਕੇ ਦੇ ਵਿੱਚ ਇਹ ਕਿ ਉਹਨਾਂ ਦੀ ਬੋਲੀ ਵੀ ਵੱਖਰੀ ਸੀਗੀ, ਉਹਨਾਂ ਦਾ ਪਹਿਰਾਵਾ ਵੀ ਪਹਿਲਾਂ ਪਹਿਲ ਵੱਖਰਾ ਸੀ, ਉਹਨਾਂ ਨੂੰ ਮਤਲਬ ਕਿ ਇੱਕ ਭਾਪਾ ਕਮਿਊਨਿਟੀ ਦੇ ਵਜੋਂ ਜਾਣਿਆ ਜਾਂਦਾ ਸੀਗਾ, ਅਤੇ ਲੋਕਲ ਲੋਕ ਜਿਹੜੇ ਇੱਥੋਂ ਦੇ ਸਥਾਨਕ ਲੋਕ ਆ ਥੋੜ੍ਹਾ ਜਿਹਾ ਉਹਨਾਂ ਪ੍ਰਤੀ ਦਵੈਸ਼ ਭਾਵਨਾ ਵੀ ਰੱਖਦੇ ਸੀਗੇ। ਇੱਕ ਤਾਂ ਇਹ ਕਿ ਤੁਹਾਡੀ ਭਾਸ਼ਾ ਦੇ ਉੱਤੇ ਬਹੁਤ ਘੱਟ ਅਸਰ ਹੈਗਾ ਜਿਹਨੂੰ ਕਹਿੰਦੇ ਆ ਕਿ ਵੀ ਪੋਠੋਹਾਰੀ ਦਾ ਜਾਂ ਉਸ ਇਲਾਕੇ ਦੀ ਭਾਸ਼ਾ ਦਾ, ਇਹਦਾ ਕੀ ਕਾਰਨ ਹੈ? ਅਤੇ ਦੂਸਰਾ ਕਿ ਤੁਹਾਡੇ ਨਾਲ ਵੀ ਕੋਈ ਇਸ ਕਿਸਮ ਦੀ ਗੱਲ ਕਦੇ ਵਾਪਰੀ ਜ਼ਿੰਦਗੀ ਦੇ ਵਿੱਚ, ਜਾਂ ਵੀ ਨਹੀਂ ਕਿ ਵੀ ਕਿਸੇ ਕਮਿਊਨਿਟੀ ਨੇ ਤੁਹਾਨੂੰ ਇਸ ਤਰ੍ਹਾਂ ਹਰਾਸ਼ ਕੀਤਾ ਹੋਵੇ ਜਾਂ ਤੁਹਾਨੂੰ ਲੱਗਿਆ ਹੋਵੇ ਕਿ? ਇਹਦਾ ਜਵਾਬ ਮੈਂ ਹੁੰਦਾ ਹਾਂ, ਮੈਂ ਹਾਂਜੀ ਇਤਨੀ ਨੀਵੀਂ ਪੱਧਰ 'ਤੇ ਸੀ ਕਿ ਉਹਨਾਂ ਨੂੰ ਥੱਲੇ ਹੋਰ ਪੱਧਰ ਹੈ ਹੀ ਨਹੀਂ ਸੀ। ਸੋ ਕਹਿਣ ਤੋਂ ਭਾਵ ਹੈਗਾ ਕਿ ਮੇਰੇ ਮਨ 'ਚ ਦੁਵੈਸ਼ ਭਾਵਨਾ ਜਿਹੜੀ ਸੀ ਉਹ ਮੈਂ ਮੰਨ ਲਿਆ ਸੀ ਕਿ ਇਹ ਲੋਕ ਜਿਹੜੇ ਆ ਮੇਰੇ ਨਾਲੋਂ ਵਧੇਰੇ ਵਸੀਲਿਆਂ ਵਾਲੇ ਆ, ਇਹਨਾਂ ਕੋਲ ਸਭ ਕੁਝ ਵਧੇਰੇ ਹੈ, ਪਰੰਤੂ ਮੈਂ ਫਿਰ ਵੀ ਆਪਣੀ ਜ਼ਿੰਦਗੀ ਦਾ ਰਸਤਾ ਜਿਹੜਾ ਹੈ ਉਹ ਬਣਾਉਣਾ, ਮੈਂ ਜਿਉਂਦੇ ਰਹਿਣਾ। ਸੋ ਇੱਥੋਂ ਤੁਸੀਂ ਦੇਖੋ ਉਸ ਵੇਲੇ ਕੀ ਵਾਪਰੀ ਇੱਕ ਗੱਲ ਕਿ ਜਿਹੜੇ ਇੱਥੋਂ ਦੇ ਲੋਕ ਸੀ ਨਾ ਉਹ ਹਰ ਪੱਖੋਂ ਸਾਡੇ ਨਾਲੋਂ ਨੀਵੇਂ ਸੀ, ਬੇਸਿਕਲੀ ਸੋਚਦੇ ਪੱਖੋਂ ਖਾਣ ਪਹਿਨਣ ਦੇ ਪੱਖੋਂ ਨੀਵੇਂ ਸੀ, ਪਰੰਤੂ ਸਮਝਦੇ ਆਪਣੇ ਆਪ ਨੂੰ ਉੱਚਾ ਸੀ, ਸਮਝਦੇ ਆਪਣੇ ਆਪ ਨੂੰ ਉੱਚਾ ਸੀ। ਨਹੀਂ ਉਹ ਤਾਂ ਹੁਣ ਕਈ ਗੱਲਾਂ ਇਹ ਵੀ ਕਹੀਆਂ ਜਾਂਦੀਆਂ ਨਾ ਕਿ ਜਿਵੇਂ ਕਿ ਜਿਹੜੇ ਪਟਿਆਲੇ ਦੇ ਲੋਕ ਆ ਇਹਨਾਂ ਨੂੰ ਮੀਟ ਨਹੀਂ ਸੀ ਬਣਾਉਣਾ ਆਉਂਦਾ, ਜਾਂ ਕਹਿ ਲਓ ਕਿ ਸਾਰੇ ਮਲਵਈਆਂ ਬਾਰੇ ਮਸ਼ਹੂਰ ਹੈ ਕਿ ਇਹਨਾਂ ਨੂੰ ਖਾਣਾ ਪੀਣਾ ਨਹੀਂ ਆਉਂਦਾ ਸੀ ਕਿ ਖਾਣਾ ਪੀਣਾ ਸਿਖਾਇਆ, ਇਸੇ ਤਰ੍ਹਾਂ ਹੀ ਇਹ ਕਿ ਬਈ ਕੱਪੜਿਆਂ ਨੂੰ ਨੀਲ ਨਹੀਂ ਲਾਉਣਾ ਆਉਂਦਾ ਸੀਗਾ, ਜਾਂ ਕਹਿ ਲਓ ਕਿ ਬਈ ਉਹ ਡਰੈਸਅਪ ਨਹੀਂ ਹੁੰਦੇ ਸੀਗੇ ਉਸ ਤਰ੍ਹਾਂ, ਵੀ ਬਹੁਤ ਕੁਝ ਸਿੱਖਿਆ ਵੀ, ਪਰ ਇੱਥੇ ਬਹੁ ਗਿਣਤੀ ਦੇ ਵਿੱਚ ਸੀਗੇ, ਉਹਨਾਂ ਦੀ ਧਰਤੀ ਪੁਰਾਣੀ ਜਾਣੀ ਪਛਾਣੀ ਸੀ, ਤਾਂ ਉਹ ਮੈਂ ਤਾਂ ਸਿਰਫ ਇਸ ਗੱਲ ਬਾਰੇ ਦੇਖ ਰਿਹਾ ਸੀਗਾ ਜਾਂ ਤੁਹਾਡੇ ਤੋਂ ਪੁੱਛ ਰਿਹਾ ਸੀਗਾ ਵੀ ਮਹਿਸੂਸ ਦੀ ਪੱਧਰ 'ਤੇ ਇਹ ਕਦੋਂ ਕੁ ਤੁਹਾਨੂੰ ਮਹਿਸੂਸ ਹੋਣ ਲੱਗ ਪਿਆ? ਕੁਛ ਇਹ ਵੀ ਹੈ ਕਿ ਤੁਹਾਡਾ ਇੱਕ ਜੀਵਨ ਦਾ ਪੱਧਰ ਉਸ ਕਿਸਮ ਦਾ ਸੀਗਾ ਕਿ ਜਿਹੜੀਆਂ ਟਿਪੀਕਲ ਕੁਛ ਕੁਆਲਿਟੀਜ਼ ਨੇ ਉਹ ਨਹੀਂ ਗੀਆਂ, ਕਿ ਜਿਸ ਤਰ੍ਹਾਂ ਉਸ ਇਲਾਕੇ ਦੇ ਜਿਹੜੇ ਲੋਕ ਸਿੱਖ ਲੋਕ ਨੇ ਉਹ ਜ਼ਿਆਦਾਤਰ ਦਾੜੀ ਨਹੀਂ ਕੱਟਦੇ ਗੇ, ਤੁਸੀਂ ਮਤਲਬ ਕਿ ਦਾੜੀ ਕੱਟ ਲੈਂਦੇ ਆ, ਭਾਸ਼ਾ ਵੀ ਜਿਹੜੀ ਤੁਹਾਡੀ ਹੈਗੀ ਆ ਉਸ ਤਰ੍ਹਾਂ ਦੀ ਟਿਪੀਕਲ ਭਾਸ਼ਾ ਨਹੀਂ ਗੀ, ਅਤੇ ਜ਼ਿੰਦਗੀ ਦੇ ਬਾਕੀ ਵਿਵਹਾਰ ਦੇ ਵਿੱਚ ਵੀ ਤੁਸੀਂ ਮਤਲਬ ਕਿ ਉਸ ਕਿਸਮ ਦੀਆਂ ਕਈ ਕੁਆਲਿਟੀਜ਼ ਨਹੀਂ ਕਿ ਜਿਵੇਂ ਵਪਾਰ ਦੇ ਵਿੱਚ ਤੁਸੀਂ ਨਹੀਂ ਪਏ, ਵੀ ਜਾਂ ਨੌਕਰੀ ਕੀਤੀ ਨੌਕਰੀ ਹੋਈ ਕੀਤੀ ਬੁਨਿਆਦੀ ਤੌਰ 'ਤੇ, ਇਹਦਾ ਵੀ ਕੋਈ ਪ੍ਰਭਾਵ ਲੱਗਦਾ ਹੈਗਾ? ਹਾਂ, ਇੱਕ ਤਾਂ ਮੈਂ ਜਿਹੜੇ ਬਚਪਨ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਉਹ ਸਥਾਨਕ ਲੋਕਾਂ ਨਾਲ ਕੀਤੇ, ਸਥਾਨਕ ਲੋਕਾਂ ਦੇ ਨੌਕਰੀ ਕੀਤੀ ਚਾਕਰੀ ਕੀਤੀ ਜੋ ਵੀ ਸੀ ਉਹ ਕੀਤਾ, ਉਹਨਾਂ ਦੀ ਭਾਸ਼ਾ ਦਾ ਮੇਰੇ ਉੱਤੇ ਅਸਰ ਹੈ, ਉਹਨਾਂ ਦੀ ਭਾਸ਼ਾ ਜਿਹੜੀ ਹੈ ਉਹ ਪੋਠੋਹਾਰੀ ਤੋਂ ਵੱਖਰੀ ਸੀ ਕਿਉਂਕਿ ਮੈਂ ਉਹਨਾਂ ਦੇ ਨਾਲ ਸੰਚਾਰ ਕਰਨਾ ਸੀ, ਇਸ ਕਰਕੇ ਮੈਨੂੰ ਉਹਨਾਂ ਦੀ ਭਾਸ਼ਾ ਅਪਣਾਉਣੀ ਜਿਹੜੀ ਸੀ ਉਹ ਜ਼ਰੂਰੀ ਸੀ, ਪਹਿਲੀ ਗੱਲ ਤਾਂ ਇਹ। ਦੂਜੀ ਗੱਲ ਇਹ ਹੈ ਕਿ ਮੈਂ ਜਿੱਥੇ ਜਿੱਥੇ ਵੀ ਕੰਮ ਕੀਤਾ ਉੱਥੇ ਮੈਂ ਕੰਮ ਦੀ ਜ਼ਿੰਮੇਵਾਰੀ ਇਤਨੀ ਚੁੱਕ ਲੈਂਦਾ ਸੀ ਕਿ ਮੈਂ ਆਪਣੇ ਆਪ ਨੂੰ ਉਹਨਾਂ ਨਾਲੋਂ ਸੁਪੀਰੀਅਰ ਸਮਝਣ ਲੱਗ ਪੈਂਦਾ ਸੀ।
बहुत अच्छा एटीट्यूड है जी। मैं एक गल होर ये पूछनी चाहना कि अज भी हिजरत बहुत वड्डी पद्धर ते हो रही है, हुण जिवें अफगानिस्तान तो हिजरत होगी, पहला सीरिया तो हिजरत होई, किस समय यहूदियों नूं पहला यरूशलम चो करनी पई हिजरत, तो बाद दे विच कि जर्मन तो जां पोलैंड तो करनी पई। सारे हिजरती लोगों के लिए तुहाडा की स्नेह है कि इहदा रुदन करी जाना चाहिए जां नवीं हालातों के अनुसार एडजस्ट कर जाना? हमेशा उजड़न वालियां दे पक्ष विच भुगतदा है, उहदा उहनां नूं लाभ हुंदा है। जिहड़े उजड़दे नहीं, मिसाल दे तौर ते हिंदुस्तान दे विच दक्षणी भारत दे लोक कदी नहीं उजड़े, उन्होंने कदी हिजरत नहीं की है, इस करके वह इतने कट्टड़ जिन रगड़ खाधी ही नहीं है। सो हिजरत जिहड़ी हैगी है वह थानू तिखा करती है, वरदान वजों ही लेना चाहिए। शायद कारण वह यह भी हो जिन्हें भी साढ़े वड्डे फिलोसफर ने, चाहे वह फ्राइड होवे, चाहे वह मार्क्स होवे, चाहे आइनस्टाइन होवे, सारे दे सारे यहूदी ने, तो ज़्यादातर उन्होंने हिजरत भोगी है। शायद ये अपने आप में वो बंदा प्रूव करना चाहता है कि भी मैं किसी तो घट नहीं, तो वो समर्था वक्रे तौर की पैदा हो जाती, मेहनत दूजे नाल वक्री करनी पैंदी। मैं सिख इतिहास न मुगल इतिहास के संदर्भ में नहीं वेखदा, यहूदियों के इतिहास के संदर्भ में वेखदा। जिहड़े मुगल है ना वह अजे भी तलवार लेके बैठे हुए हैं, यहूदी जिहड़े हैगे आ यहूदी बैंक के खाता नहीं खोलता, बैंक खोलता है। मतलब कहण दा यह है कि केवल हिजरत करना जां दुख उठाउणा जां उजड़ना अपने आप दे विच बहुता महत्वपूर्ण नहीं है, उस तो तुसीं सिखदे की हो, वो थोनों सिखाता की है, वो थोनों बदलता किमें है, वो थोनों कितना बदलता है, ये महत्वपूर्ण है। बहुत खूबसूरत गल्लां कीतियां ते उन्हां कोले बहुत ये तजर्बा हैगा जिंदगी नूं देखण दा, क्योंकि असी जानते हैं कि साडे साहित दे विच नहीं विश्व साहित दे विच भी बहुता जिहड़ा रुदन हैगा उजड़न दा, ते उस नूं जिहड़ा एक तरह का सराप हैगा उन्हूं वरदान विच किवें बदलिया जा सकता है, ये उन्हां दी जिंदगी चों भी जाणिया जा सकता, अज दीआं गल्लां तों भी जाणिया जा सकता है। असी होर गल्लां करांगे अगले सैगमेंट दे विच।